ਕਿਉਂ ਕੀਤਾ ਆਪਦੇ ਬੱਚੇ ਦਾ ਕਤਲ? ਕੀ ਕਾਰਨ ਸੀਗਾ? ਬੋਲੋ ਜੀ, ਕਾਰਨ ਕੀ ਸੀਗਾ, ਕਿਉਂ ਕੀਤਾ? ਸਾਰਾ ਪਰਿਵਾਰ ਸਾਥ ਨਹੀਂ ਦੇ ਰਿਹਾ ਸੀ। ਮੇਰੇ ਘਰ ਵਾਲਾ 2.5 ਸਾਲ ਹੋ ਗਏ ਜੇਲ੍ਹ 'ਚ ਸੀ। ਰੋਟੀ ਪਾਣੀ ਬੰਨੀ ਉਹ ਤਰਸਦੇ ਸੀ, ਐਂ ਲੱਗਣ ਲੱਗ ਪਿਆ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ, ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਏ ਸੀ। ਐਂ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ, ਲਾਈਟ ਹੈ ਨਹੀਂ ਸੀ, ਬੁਖਾਰ ਹੋ ਗਿਆ ਸੀ। ਮੈਨੂੰ ਐਂ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ, ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਹ ਕਿਤੇ ਕੰਮ ਕਿਤੇ ਲੱਗ ਜੂਗੀ। ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ 'ਚ ਕਰਿਆ ਸਭ ਕੁਛ? ਨਹੀਂ, ਇਹੋ ਜਿਹਾ ਕੁਛ ਨਹੀਂ ਆ। ਦੁਬਈ ਤਾਂ ਮੈਂ ਬਾਅਦ 'ਚੋਂ ਹੀ ਕਿਹਾ ਸੀ ਵੀ ਮੈਂ ਜਾਣਾ। ਜੋ ਇਹ ਕਤਲ ਕੀਤਾ ਪਛਤਾਵਾ ਹੋ ਰਿਹਾ ਹੁਣ? ਬਹੁਤ ਜ਼ਿਆਦਾ। ਕਿਵੇਂ ਕੀਤਾ, ਕੀ ਕਿਵੇਂ ਦਿੱਤਾ ਅੰਜਾਮ ਫਿਰ ਇਹਨੂੰ? ਫਿਰ ਮਾਨਸਾ ਹੀ ਕਿਉਂ ਲੈ ਕੇ ਆਏ ਇਹਨੂੰ? ਜੇ ਤਲਵੰਡੀ ਮਾਰਤਾ ਸੀ, ਮਾਨਸਾ ਕਿਉਂ ਲਿਆਏ? ਹੋਰ ਵੀ ਸੀ ਤੁਹਾਡੇ ਨਾਲ ਕੋਈ? ਨਹੀਂ, ਹੋਰ ਕੋਈ ਨਹੀਂ ਸੀ। ਮਾਨਸਾ ਕਿਉਂ ਮਾਰਿਆ? ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ? ਕਿਸ ਤਰ੍ਹਾਂ? ਟੋਆ ਪੱਟ ਕੇ ਦੱਬਤਾ ਸੀ। ਇਹ ਮਾਰਿਆ ਕਿਵੇਂ? ਗਲਾ ਘੋਟਿਆ ਜਾਂ ਕੋਈ ਜੇਰੀ? ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ 'ਚ ਪਾਤਾ ਸੀ, ਮੂੰਹ ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਦਿਲ ਨਹੀਂ ਕੰਬਿਆ ਇੱਕ ਵਾਰ ਵੀ? ਮੇਰਾ ਪੁੱਛਾ ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਗਏ ਵੀ ਮਰਨਾ। ਪਰ ਮਾਂ ਫਿਰ ਵੀ ਪੁੱਤ ਨੂੰ ਤਾਂ ਨਹੀਂ ਮਾਰ ਸਕਦੀ। ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ? ਨਹੀਂ, ਮੇਰੇ ਪੇਕੇ ਪਰਿਵਾਰ ਨੂੰ ਨਹੀਂ ਸੀ ਪਤਾ। ਕਿੰਨਾ ਕੁ ਪਛਤਾਵਾ? ਬਹੁਤ ਜ਼ਿਆਦਾ। ਉਹਰੇ ਮਾਨਸਾ ਕੋ ਲੈ ਕੇ ਤਲਮੰਡੀ ਨੂੰ ਜਿਹੜੀ ਬੱਸ ਮਿਲ ਗਈ ਲੈ ਆਈ। ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ 'ਚ? ਨਹੀਂ, ਬੱਚੇ ਦੀ ਟਿਕਟ ਨਹੀਂ ਲੱਗਦੀ। ਇੱਥੇ ਆ ਕੇ ਮਾਰਸਾ ਤੁਸੀਂ ਕਿਹੜਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ? ਨਹੀਂ, ਕਿਸੇ ਨਾਲ ਨਹੀਂ। ਕਿਉਂ ਕੀਤਾ ਆਪਦੇ ਬੱਚੇ ਦਾ ਕਤਲ? ਕੀ ਕਾਰਨ ਸੀਗਾ? ਬੋਲੋ ਜੀ, ਕਾਰਨ ਕੀ ਸੀਗਾ, ਕਿਉਂ ਕੀਤਾ? ਸਾਰਾ ਪਰਿਵਾਰ ਸਾਥ ਨਹੀਂ ਦੇ ਰਿਹਾ ਸੀ। ਮੇਰੇ ਘਰ ਵਾਲਾ 2.5 ਸਾਲ ਹੋ ਗਏ ਜੇਲ੍ਹ 'ਚ ਸੀ। ਰੋਟੀ ਪਾਣੀ ਬੰਨੀ ਉਹ ਤਰਸਦੇ ਸੀ, ਐਂ ਲੱਗਣ ਲੱਗ ਪਿਆ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ, ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਏ ਸੀ। ਐਂ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ, ਲਾਈਟ ਹੈ ਨਹੀਂ ਸੀ, ਬੁਖਾਰ ਹੋ ਗਿਆ ਸੀ। ਮੈਨੂੰ ਐਂ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ, ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਹ ਕਿਤੇ ਕੰਮ ਕਿਤੇ ਲੱਗ ਜੂਗੀ। ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ 'ਚ ਕਰਿਆ ਸਭ ਕੁਛ? ਨਹੀਂ, ਇਹੋ ਜਿਹਾ ਕੁਛ ਨਹੀਂ ਆ। ਦੁਬਈ ਤਾਂ ਮੈਂ ਬਾਅਦ 'ਚੋਂ ਹੀ ਕਿਹਾ ਸੀ ਵੀ ਮੈਂ ਜਾਣਾ। ਜੋ ਇਹ ਕਤਲ ਕੀਤਾ ਪਛਤਾਵਾ ਹੋ ਰਿਹਾ ਹੁਣ? ਬਹੁਤ ਜ਼ਿਆਦਾ। ਕਿਵੇਂ ਕੀਤਾ, ਕੀ ਕਿਵੇਂ ਦਿੱਤਾ ਅੰਜਾਮ ਫਿਰ ਇਹਨੂੰ? ਫਿਰ ਮਾਨਸਾ ਹੀ ਕਿਉਂ ਲੈ ਕੇ ਆਏ ਇਹਨੂੰ? ਜੇ ਤਲਵੰਡੀ ਮਾਰਤਾ ਸੀ, ਮਾਨਸਾ ਕਿਉਂ ਲਿਆਏ? ਹੋਰ ਵੀ ਸੀ ਤੁਹਾਡੇ ਨਾਲ ਕੋਈ? ਨਹੀਂ, ਹੋਰ ਕੋਈ ਨਹੀਂ ਸੀ। ਮਾਨਸਾ ਕਿਉਂ ਮਾਰਿਆ? ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ? ਕਿਸ ਤਰ੍ਹਾਂ? ਟੋਆ ਪੱਟ ਕੇ ਦੱਬਤਾ ਸੀ। ਇਹ ਮਾਰਿਆ ਕਿਵੇਂ? ਗਲਾ ਘੋਟਿਆ ਜਾਂ ਕੋਈ ਜੇਰੀ? ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ 'ਚ ਪਾਤਾ ਸੀ, ਮੂੰਹ ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਦਿਲ ਨਹੀਂ ਕੰਬਿਆ ਇੱਕ ਵਾਰ ਵੀ? ਮੇਰਾ ਪੁੱਛਾ ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਮੁੜ ਕੇ ਭੁੱਖੇ ਰਹਿ ਗਏ ਵੀ ਮਰਨਾ। ਪਰ ਮਾਂ ਫਿਰ ਵੀ ਪੁੱਤ ਨੂੰ ਤਾਂ ਨਹੀਂ ਮਾਰ ਸਕਦੀ। ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ? ਨਹੀਂ, ਮੇਰੇ ਪੇਕੇ ਪਰਿਵਾਰ ਨੂੰ ਨਹੀਂ ਸੀ ਪਤਾ। ਕਿੰਨਾ ਕੁ ਪਛਤਾਵਾ? ਬਹੁਤ ਜ਼ਿਆਦਾ। ਉਹਰੇ ਮਾਨਸਾ ਕੋ ਲੈ ਕੇ ਤਲਮੰਡੀ ਨੂੰ ਜਿਹੜੀ ਬੱਸ ਮਿਲ ਗਈ ਲੈ ਆਈ। ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ 'ਚ? ਨਹੀਂ, ਬੱਚੇ ਦੀ ਟਿਕਟ ਨਹੀਂ ਲੱਗਦੀ। ਇੱਥੇ ਆ ਕੇ ਮਾਰਸਾ ਤੁਸੀਂ ਕਿਹੜਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ? ਨਹੀਂ, ਕਿਸੇ ਨਾਲ ਨਹੀਂ।